ਭੀੜ ਹੋਣ ਦੇ ਬਾਵਜੂਦ ਆਰਾਮ ਨਾਲ ਰੁਕ ਸਕਦੇ ਹੋ ਅਯੋਧਿਆ ਵਿੱਚ। ਇੱਕ ਮਿੰਟ ਵਿੱਚ ਕਰਵਾਓ ਸ਼੍ਰੀ ਰਾਮ ਨਗਰੀ ਵਿੱਚ ਹੋਮ ਸਟੇ ਬੁੱਕ। ਸਰਕਾਰ ਕਰੇਗੀ ਤੁਹਾਡੀ ਮਦਦ। ਸੁਣੋ ਇਹ ਆਸਾਨ ਸਟੈਪ। ਰਾਮ ਜਨਮ ਭੂਮੀ ਟਰਸਟ ਮੁਤਾਬਕ ਲੱਖਾਂ ਸ਼ਰਧਾਲੂ ਪ੍ਰਾਣ ਪ੍ਰਤਿਸ਼ਠਾ ਦੇ ਲਈ ਅਯੋਧਿਆ ਪਹੁੰਚੇ ਸਨ ਅਤੇ ਇਸ ਤੋਂ ਬਾਅਦ ਹੋਟਲ ਬੁਕਿੰਗ ਭਰ ਜਾਣ ਦੀ ਕਾਫੀ ਸੰਭਾਵਨਾ ਵੀ ਰਹੀ ਹੈ। ਅਯੋਧਿਆ ਵਿਕਾਸ ਅਥਾਰਟੀ ਅਤੇ ਉੱਤਰ ਪ੍ਰਦੇਸ਼ ਟੂਰਿਜ਼ਮ ਬੋਰਡ ਸ਼ਰਧਾਲੂਆਂ ਦੇ ਲਈ ਰਿਹਾਇਸ਼ ਯਾਨੀ ਉਹਨਾਂ ਦੇ ਰਹਿਣ ਦੇ ਲਈ ਪ੍ਰਬੰਧਾਂ ਨੂੰ ਸੁਧਾਰਨ ਦੇ ਲਈ ਜੋ ਇਹ ਕੰਮ ਕਰ ਰਹੇ ਹਨ। ਹੋਲੀ ਅਯੋਧਿਆ ਯਾਨੀ ਕਿ ਜੋ ਐਪ ਦਾ ਨਾਮ ਹੈ ਉਹ ਹੈ ਹੋਲੀ ਅਯੋਧਿਆ, ਜਿਸ ਨੂੰ ਮਿਲ ਕੇ ਤਿਆਰ ਕੀਤਾ ਗਿਆ ਹੈ। ਤੁਸੀਂ ਇਸ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਐਪ ਦੇ ਵਿੱਚ ਤੁਹਾਨੂੰ ਰਜਿਸਟਰ ਨੰਬਰ ਨਾਲ ਲੌਗਇਨ ਕਰਨਾ ਪਵੇਗਾ। ਇੱਥੇ ਤੁਹਾਨੂੰ ਆਪਣਾ ਪੂਰਾ ਨਾਮ ਅਤੇ ਈਮੇਲ ਆਈਡੀ ਦਰਜ ਕਰਨੀ ਪਵੇਗੀ। ਇਸ ਐਪ ਦੇ ਵਿੱਚ 500 ਤੋਂ ਵੱਧ ਘਰਾਂ ਅਤੇ ਇਮਾਰਤਾਂ ਦੇ ਵਿੱਚ ਘਰਾਂ ਨੂੰ ਸੂਚੀਬੱਧ ਕੀਤਾ ਗਿਆ ਯਾਨੀ ਕਿ ਜੋ ਹੈ ਲਿਸਟ ਤਿਆਰ ਕੀਤੀ ਗਈ ਹੈ ਜਿੱਥੇ ਤੁਸੀਂ ਰਹਿ ਸਕਦੇ ਹੋ, ਜਿਸ ਨੂੰ ਤੁਸੀਂ ਆਪਣੇ ਬਜਟ ਦੇ ਅਨੁਸਾਰ ਆਸਾਨੀ ਨਾਲ ਬੁੱਕ ਕਰਵਾ ਸਕਦੇ ਹੋ। ਹੋਮ ਸਟੇ ਦੇ ਮਾਲਕ ਬਾਰੇ ਵੀ ਸਾਰੀ ਜਾਣਕਾਰੀ ਐਪ ਦੇ ਵਿੱਚ ਦਿੱਤੀ ਗਈ ਹੈ ਤੇ ਜਿਸ ਦੀ ਨਿਗਰਾਨੀ ਉੱਤਰ ਪ੍ਰਦੇਸ਼ ਸਰਕਾਰ ਖੁਦ ਕਰ ਰਹੀ ਹੈ। ਇਸ ਲਈ ਇਸ ਐਪ ਦੀ ਮਦਦ ਨਾਲ ਤੁਸੀਂ ਜੋ ਹੈ ਹੋਮ ਸਟੇ ਕਰ ਸਕਦੇ ਹੋ ਅਯੋਧਿਆ ਦੇ ਵਿੱਚ। ਚਾਹੇ ਉੱਥੇ ਭਾਰੀ ਭੀੜ ਹੈ ਸ਼ਰਧਾਲੂਆਂ ਦੀ ਤਾਂ ਵੀ ਤੁਸੀਂ ਉੱਥੇ ਰੁਕ ਸਕਦੇ ਹੋ ਆਰਾਮ ਨਾਲ। ਅਯੋਧਿਆ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਰਾਮਦਾਇਕ ਦਿਨ ਬਤੀਤ ਕਰ ਸਕਦੇ ਹੋ। ਰਾਮ ਜੀ ਦੇ ਦਰਸ਼ਨ ਕਰਨ ਦੇ ਲਈ ਉੱਥੇ ਰਹਿ ਸਕਦੇ ਹੋ। ਤੁਸੀਂ ਸੁਰੱਖਿਅਤ ਮਹਿਸੂਸ ਕਰੋਗੇ ਕਿਉਂਕਿ ਜੋ ਹੈ ਉੱਥੇ ਜਾਣਕਾਰੀ ਹੋਮ ਸਟੇ ਦੇ ਮਾਲਕ ਬਾਰੇ ਵੀ ਦਿੱਤੀ ਗਈ ਹੈ। ਇਹ ਐਪ ਫਿਲਹਾਲ ਸਿਰਫ ਐਂਡਰਾਇਡ ਉਪਭੋਗਤਾਵਾਂ ਦੇ ਲਈ ਹੀ ਉਪਲਬਧ ਹੈ। ਇਸ ਨੂੰ ਜ਼ਰੂਰ ਸ਼ੇਅਰ ਕਰ ਦਿਓ। ਜਿਹੜੇ ਵੀ ਲੋਕ ਅਯੋਧਿਆ ਜਾਣ ਦਾ ਪਲਾਨ ਬਣਾਉਣਗੇ ਜਾਂ ਫਿਰ ਬਣਾ ਰਹੇ ਨੇ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ। ਰਾਮ ਭਗਤਾਂ ਦੇ ਨਾਲ ਇਸ ਨੂੰ ਜ਼ਰੂਰ ਸ਼ੇਅਰ ਕਰਨਾ। ਭੀੜ ਹੋਣ ਦੇ ਬਾਵਜੂਦ ਆਰਾਮ ਨਾਲ ਰੁਕ ਸਕਦੇ ਹੋ ਅਯੋਧਿਆ ਵਿੱਚ। ਇੱਕ ਮਿੰਟ ਵਿੱਚ ਕਰਵਾਓ ਸ਼੍ਰੀ ਰਾਮ ਨਗਰੀ ਵਿੱਚ ਹੋਮ ਸਟੇ ਬੁੱਕ। ਸਰਕਾਰ ਕਰੇਗੀ ਤੁਹਾਡੀ ਮਦਦ। ਸੁਣੋ ਇਹ ਆਸਾਨ ਸਟੈਪ। ਰਾਮ ਜਨਮ ਭੂਮੀ ਟਰਸਟ ਮੁਤਾਬਕ ਲੱਖਾਂ ਸ਼ਰਧਾਲੂ ਪ੍ਰਾਣ ਪ੍ਰਤਿਸ਼ਠਾ ਦੇ ਲਈ ਅਯੋਧਿਆ ਪਹੁੰਚੇ ਸਨ ਅਤੇ ਇਸ ਤੋਂ ਬਾਅਦ ਹੋਟਲ ਬੁਕਿੰਗ ਭਰ ਜਾਣ ਦੀ ਕਾਫੀ ਸੰਭਾਵਨਾ ਵੀ ਰਹੀ ਹੈ। ਅਯੋਧਿਆ ਵਿਕਾਸ ਅਥਾਰਟੀ ਅਤੇ ਉੱਤਰ ਪ੍ਰਦੇਸ਼ ਟੂਰਿਜ਼ਮ ਬੋਰਡ ਸ਼ਰਧਾਲੂਆਂ ਦੇ ਲਈ ਰਿਹਾਇਸ਼ ਯਾਨੀ ਉਹਨਾਂ ਦੇ ਰਹਿਣ ਦੇ ਲਈ ਪ੍ਰਬੰਧਾਂ ਨੂੰ ਸੁਧਾਰਨ ਦੇ ਲਈ ਜੋ ਹੈ ਕੰਮ ਕਰ ਰਹੇ ਹਨ। ਹੋਲੀ ਅਯੋਧਿਆ ਯਾਨੀ ਕਿ ਜੋ ਐਪ ਦਾ ਨਾਮ ਹੈ ਉਹ ਹੈ ਹੋਲੀ ਅਯੋਧਿਆ, ਜਿਸ ਨੂੰ ਮਿਲ ਕੇ ਤਿਆਰ ਕੀਤਾ ਗਿਆ ਹੈ। ਤੁਸੀਂ ਇਸ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਐਪ ਦੇ ਵਿੱਚ ਤੁਹਾਨੂੰ ਰਜਿਸਟਰ ਨੰਬਰ ਨਾਲ ਲੌਗਇਨ ਕਰਨਾ ਪਵੇਗਾ। ਇੱਥੇ ਤੁਹਾਨੂੰ ਆਪਣਾ ਪੂਰਾ ਨਾਮ ਅਤੇ ਈਮੇਲ ਆਈਡੀ ਦਰਜ ਕਰਨੀ ਪਵੇਗੀ। ਇਸ ਐਪ ਦੇ ਵਿੱਚ 500 ਤੋਂ ਵੱਧ ਘਰਾਂ ਅਤੇ ਇਮਾਰਤਾਂ ਦੇ ਵਿੱਚ ਘਰਾਂ ਨੂੰ ਸੂਚੀਬੱਧ ਕੀਤਾ ਗਿਆ ਯਾਨੀ ਕਿ ਜੋ ਹੈ ਲਿਸਟ ਤਿਆਰ ਕੀਤੀ ਗਈ ਹੈ ਜਿੱਥੇ ਤੁਸੀਂ ਰਹਿ ਸਕਦੇ ਹੋ। ਜਿਸ ਨੂੰ ਤੁਸੀਂ ਆਪਣੇ ਬਜਟ ਦੇ ਅਨੁਸਾਰ ਆਸਾਨੀ ਨਾਲ ਬੁੱਕ ਕਰਵਾ ਸਕਦੇ ਹੋ। ਹੋਮ ਸਟੇ ਦੇ ਮਾਲਕ ਬਾਰੇ ਵੀ ਸਾਰੀ ਜਾਣਕਾਰੀ ਐਪ ਦੇ ਵਿੱਚ ਦਿੱਤੀ ਗਈ ਹੈ ਤੇ ਜਿਸ ਦੀ ਨਿਗਰਾਨੀ ਉੱਤਰ ਪ੍ਰਦੇਸ਼ ਸਰਕਾਰ ਖੁਦ ਕਰ ਰਹੀ ਹੈ। ਇਸ ਲਈ ਇਸ ਐਪ ਦੀ ਮਦਦ ਨਾਲ ਤੁਸੀਂ ਜੋ ਹੈ ਹੋਮ ਸਟੇ ਕਰ ਸਕਦੇ ਹੋ ਅਯੋਧਿਆ ਦੇ ਵਿੱਚ। ਚਾਹੇ ਉੱਥੇ ਭਾਰੀ ਭੀੜ ਹੈ ਸ਼ਰਧਾਲੂਆਂ ਦੀ ਤਾਂ ਵੀ ਤੁਸੀਂ ਉੱਥੇ ਰੁਕ ਸਕਦੇ ਹੋ ਆਰਾਮ ਨਾਲ।
ਅਯੋਧਿਆ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਰਾਮਦਾਇਕ ਦਿਨ ਬਤੀਤ ਕਰ ਸਕਦੇ ਹੋ, ਰਾਮ ਜੀ ਦੇ ਦਰਸ਼ਨ ਕਰਨ ਦੇ ਲਈ ਉੱਥੇ ਰਹਿ ਸਕਦੇ ਹੋ, ਤੁਸੀਂ ਸੁਰੱਖਿਅਤ ਮਹਿਸੂਸ ਕਰੋਗੇ, ਕਿਉਂਕਿ ਜੋ ਹੈ ਉੱਥੇ ਜਾਣਕਾਰੀ ਹੋਮ ਸਟੇ ਦੇ ਮਾਲਕ ਬਾਰੇ ਵੀ ਦਿੱਤੀ ਗਈ ਹੈ। ਇਹ ਐਪ ਫਿਲਹਾਲ ਸਿਰਫ ਐਂਡਰਾਇਡ ਉਪਭੋਗਤਾਵਾਂ ਦੇ ਲਈ ਹੀ ਉਪਲਬਧ ਹੈ। ਇਸ ਨੂੰ ਜ਼ਰੂਰ ਸ਼ੇਅਰ ਕਰ ਦਿਓ। ਜਿਹੜੇ ਵੀ ਲੋਕ ਅਯੋਧਿਆ ਜਾਣ ਦਾ ਪਲਾਨ ਬਣਾਉਣਗੇ ਜਾਂ ਫਿਰ ਬਣਾ ਰਹੇ ਨੇ, ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ, ਰਾਮ ਭਗਤਾਂ ਦੇ ਨਾਲ ਇਸ ਨੂੰ ਜ਼ਰੂਰ ਸ਼ੇਅਰ ਕਰਨਾ।